हाँ जी, सत श्री अकाल जी सारिया। वधिया फार्म यूट्यूब चैनल पर तुहाडा स्वागत है जी। किसान वीरो, अज की जिहड़ी आपां वीडियो बना रहे हैं पिंड बालेचक तहसील तरन तारण तो जिला भी दोस्तों जिहड़ा तरन तारण पै जांदा, अज की वीडियो दे विच तुहानूं तीन गावां जिहड़ियां होले भा दीआं दिखाउणियां। देख सकते जिन्हां वीरां नूं डिमांड हुंदी आ सोहणियां गावां घर रखण दी होले भा दीआं, ते अज उन्हां वीरां दी डिमांड जिहड़ी पूरी करनी आ। आ हुण वीर जी उन्हां नाल गलबात करदे आ ते उन्हां तों पुछदे इन्हां बारे सारी डिटेल। हाँ जी वीर जी, सत श्री अकाल जी। सत श्री अकाल जी। सत श्री अकाल। होर सुना वीर जी, की हाल चाल जी? बस वधिया वीर जी, ठीक ठाक, तुसीं सुणाओ? वधिया जी वधिया। ते वीर जी अपना नाम बोल दिओ जी एक वारी। नाम मेरा वीर जी जग्गा जी। हाँ जी। पिंड बालाचक, ठीक है जी। जिला तरन तारण, तहसील भी तरन तारण। आपां तरन तारण किन्ना कित्थों पै जांदा? तरन तारण आपां जी पै जांदा 12 किलोमीटर। हाँ जी। ते अमृतसर आपां जी 8 किलोमीटर। अच्छा, अमृतसर तरन तारण तों ज्यादा लागे आ? हाँ ज्यादा लागे, पर उत्तरमा जिला आपणा ते तहसील दोनों ते लागे। आपणे चब्बा ਚੱਬਾ ਲੱਗੇ ਆਪਣੇ ਬਾਬੇ ਨੌ ਸਿੰਘ ਸਮਾਧ, ਇਹ ਦੋਨੋਂ ਚੀਜ਼ਾਂ ਲੱਗੇ ਆਪਣੇ। ਠੀਕ ਹੈ ਜੀ, ਠੀਕ ਹੈ। ਤੇ ਫੋਨ ਨੰਬਰ ਵੀਰ ਜੀ ਆਪਣੇ ਇੱਕ ਵਾਰੀ ਬੋਲ ਦਿਓ। ਫੋਨ ਨੰਬਰ ਵੀਰ ਜੀ ਮੇਰਾ 98-771-2420। ਠੀਕ ਹੈ, ਇਸੇ ਨੰਬਰ ਤੇ ਵਟਸਐਪ। ਵੀਰ ਜੀ ਆਪਣਾ ਵਪਾਰ ਦਾ ਕੰਮ ਕਿ ਘਰ ਦੇ ਪਸ਼ੂ ਰੱਖੇ? ਹਾਂ ਜੀ ਵੀਰ ਜੀ, ਵਪਾਰ ਦਾ ਜੀ ਆਪਣਾ ਕੰਮ। ਕਿੰਨਾ ਕੁ ਚਿਰ ਹੋ ਗਿਆ ਕੰਮ ਕਰਦੇ? ਜੀ ਆਪਣਾ ਕੰਮ ਕਰਦੇ ਨੂੰ 6-7 ਸਾਲ ਹੋ ਗਏ। ਠੀਕ ਹੈ। ਹਾਂਜੀ, ਕਿੰਨੇ ਕੁ ਰੇਟ ਵਾਲੀਆਂ ਆਪਣੇ ਕੋਲ ਗਾਵਾਂ ਰਹਿੰਦੀਆਂ ਜ਼ਿਆਦਾਤਰ? ਰੇਟ ਵੀਰ ਜੀ ਛੋਟਾ ਹੀ ਆ, 15 ਤੋਂ ਲੈ ਕੇ 20-30-35-40-50 ਤੱਕ ਵੀ ਲੈ ਲਈਦੀ ਆ। ਅੱਛਾ, ਮਤਲਬ 15 ਤੋਂ ਗਾਂ ਸ਼ੁਰੂ ਹੋ ਜਾਂਦੀ ਤੇ 40 ਤੱਕ ਜਿਹੜੀ, ਮਤਲਬ ਦਰਮਿਆਨਾ ਨਾਰਮਲ ਰੇਟ ਜਿਹੜਾ ਤੁਹਾਡੇ ਕੋਲ ਮਿਲਦਾ? ਗਾਂ ਮੌਸਮ ਗਰਮੀ ਦਾ ਦਰਮਿਆਨਾ ਜ਼ਿਆਦਾ ਚੱਲਦਾ। ਠੀਕ ਹੈ ਜੀ। ਹਾਂਜੀ, ਵੱਡੀ ਨੂੰ ਥੋੜਾ ਗਰਮੀ ਕਰਕੇ ਘੱਟ ਹੱਥ ਪਈਦਾ ਜੀ। ਹਾਂਜੀ ਹਾਂਜੀ, ਚਲੋ ਫਿਰ ਸ਼ੁਰੂ ਕਰਦੇ ਆ। ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਵਾਲੀ ਗਾਂ ਤੇ ਸ਼ੁਰੂਆਤ ਕਰਦੇ ਆ। ਕਰੀ ਦੋਸਤੋ ਇਸ ਤਰ੍ਹਾਂ, ਜਿਹੜੀ ਤੁਹਾਨੂੰ ਦਿਖਾ ਦਈਏ ਥਣ, ਜਿਹੜਾ ਤੁਸੀਂ ਦੇਖ ਸਕਦੇ ਜੀ ਥਣ ਦਾ ਸਾਈਜ਼ ਜਿਹੜਾ ਇਹਦਾ ਠੀਕ ਹੈ ਤੇ ਹਵਾਨਾ ਵੀ। ਹਾਂਜੀ, ਲੈ ਜਾਓ ਵੀਰ ਜੀ, ਕਰੀ ਤੋੜ ਕੇ ਦਿਖਾ ਦਿਓ। ਕਿੰਨਵਾਂ ਸੁਬਾ ਸੂਈ ਵੀਰ ਜੀ? ਉੱਧਰ ਨੂੰ ਲੈ ਜਾਓ ਵੀਰ ਜੀ ਇੱਕ ਵਾਰੀ। ਤੇ ਕਿੰਨਾ ਕੁ ਦੁੱਧ ਇਸ ਚਾ ਮੇਰੇ ਥੱਲੇ ਤਿਆਰ ਹੈ? 8 ਤੋਂ 9 ਲੀਟਰ, ਮਤਲਬ ਜਿਹੜਾ ਦੁੱਧ ਇਹਦੇ ਥੱਲੇ ਤਿਆਰ ਹੈ ਪੱਕਾ ਪੱਕਾ। ਤੇ ਇਹਦੇ ਮਗਰ ਕੀ ਆ ਗਿਆ? ਮਗਰ ਸ਼ਾਹੀ ਵਾਲੀ ਵਛੀ, ਇੱਕ ਬਹੁਤ ਜ਼ਿਆਦਾ ਚੰਗੀ ਧੁੰਨ ਵਾਲੀ ਵਛੀ ਹੈ। ਹਾਂਜੀ ਹਾਂਜੀ, ਕੰਨ ਲੰਮੇ ਵਾਲੀ ਪਿਓਰ ਸ਼ਾਹੀ ਵਾਲੀ ਬਰੀਡ ਦੀ ਵਛੀ, ਸਾਈ ਵਾਲ ਦੀ ਜਿਹੜੀ ਦੋਸਤੋ ਇਹਦੇ ਮਗਰ ਵਛੀ ਹੈ। ਹਾਂਜੀ ਵੀਰ ਜੀ, ਲੈ ਜਾਓ ਜੀ। 8 ਤੋਂ 9 ਲੀਟਰ ਇਹਦੇ ਥੱਲੇ ਜਿਹੜਾ ਦੁੱਧ ਤਿਆਰ ਹੈ। ਹਾਂਜੀ। ਤੇ ਮਗਰ ਸਾਈ ਵਾਲ ਦੀ ਜਿਹੜੀ ਚੰਗੀ ਵਛੀ ਹੈ। अच्छा जी, आ देख सकते दोस्तों बिल्कुल ठंडी सील। ते वीर जी दुध 8 तों 9 लीटर कढ दूगी? पक्का जी पक्का वीर जी, कोई दो टाइम अपने चवाई करके खड़े। अच्छा जी, ते मगरे दे वछी है, किन्ने के दिन होए इन सुई नु? इनु वीर जी अज 12 तों 13 दिन हो गए सुई नु। ते दुध तों वध सकदी फिर? और दुध वीर जी कोई चंगी सांभ करे तो 10 किलो आ सकदी ही होगी। अच्छा जी, हां ठीक है। ते की मुल करदे वीर जी इहदा फिर? वीर जी इहदा 18,000 च मानतन करांगे। अच्छा, 18,000 च मानतन करोगे? हां जी। कोई वीर अपने खुले दिल ना पैसे लावे, मर्जी लावे, कोई अपनी समझ ना लावे। हां जी, कोई गुस्सा नाराजगी नहीं? कोई नाराजगी नहीं। ठीक है जी, ठीक है। 18,000 दोस्तों जिहड़ा वीर जी उन्होंने इहदा मुल कीता, दूसरा सूआ इह सूई है ते बाकी मौके ते मानतन जिहड़ा होऊगा। हुण दोस्तों दूसरे नंबर ते इक होर जिहड़ी आ सोहणे रंग वाली जिहड़ी तुहानूं इक वैड दिखाउणी, मूंह खायो इहदा इधर नूं, मूंह देख सकदे जी। हवाना इक करिए, बहुत ही यारी चंगी सीस लग लो ਦੋਖੀ ਟੁੱਟੇ ਆ ਵੇਚਦਾ ਥੱਲੇ ਬਾਈ। ਹਾਂ ਦੇਖ ਸਕਦੇ ਬਿਲਕੁਲ ਠੰਡੀ ਸੀਲ। ਹਾਂਜੀ, ਉਹ ਜੀ ਫਾਰਮ ਦੀ ਵਛੀ ਆ। ਚਲੋ ਫਾਰਮ ਉਹਨਾਂ ਦਾ ਫੇਲ ਹੋ ਗਿਆ, ਥੋੜਾ ਜਿਹਾ ਬੰਦੇ ਉਲਟ ਪੁਲਟ ਜੀ ਕੰਮ ਕਰਨ ਲੱਗ ਪਏ, ਉਹਦੇ ਕਰਕੇ ਫਾਰਮ ਫੇਲ ਹੋ ਗਿਆ, ਉੱਤੋਂ ਲਿਆਂਦੀ ਆ। ਅੱਛਾ, ਫਾਰਮ ਦੀ ਆ? ਹਾਂ ਫਾਰਮ ਦੀ ਵਛੀ ਆ ਜੀ, 83 ਨੰਬਰ ਵਛੀ। 83 ਨੰਬਰ, ਠੀਕ ਹੈ। ਹਾਂਜੀ, ਦਿਖਾਇਓ ਟੈਗ। ਆ ਦੇਖੋ ਜੀ, ਦਿਖਾਇਓ ਵੀਰ ਜੀ ਕਰੀ ਦਾ ਮੂੰਹ, ਫਿਰ ਤੋਂ ਇੱਧਰ ਨੂੰ ਦਿਖਾਈਏ ਚੰਗੀ ਫੇਸ ਕੁਆਲਿਟੀ ਵਿੱਚ। ਠੀਕ ਆ, ਤੋਰ ਕੇ ਦਿਖਾਈ ਦਿਓ ਇੱਕ ਵਾਰੀ ਇਹਨੂੰ, ਫਿਰ ਹੀ ਜਿਹੜੀ ਇਹਦੀ ਡਿਟੇਲ ਆਪਾਂ ਤੁਹਾਡੇ ਤੋਂ ਪੁੱਛਦੇ ਹਾਂ। ਇਹਦੇ ਥੱਲੇ ਵੀਰ ਜੀ ਕਿੰਨਾ ਕੁ ਦੁੱਧ ਤਿਆਰ ਹੈ ਜੀ? ਪੱਕਾ ਇਹਦੇ ਥੱਲੇ ਦੁੱਧ 8 ਕਿਲੋ ਆ।
ਬਾਕੀ ਸਾਂਭਣ ਵਾਲੀ ਜੇ ਕੋਈ ਚੰਗੀ ਸਾਂਭ ਕਰੇ ਤਾਂ ਉਹ ਤਾਂ 12 13 ਕਿਲੋ ਆ ਹਜੇ ਵੀ ਦੇ ਸਕਦੀ ਆ। ਠੀਕ ਆ। ਉਹਨਾਂ ਨੇ ਵੀ ਜੀ ਫਾਰਮ ਦੇ ਨਾਲ ਫਾਰਮ ਫੇਰ ਹੋਣ ਕਰਕੇ ਉਹਨਾਂ ਨੇ ਗਾਵਾਂ ਦੀ ਵਿੱਚ ਕੋਈ ਕੇਅਰ ਨਹੀਂ ਕੀਤੀ। ਠੀਕ ਆ ਜੀ, ਠੀਕ ਆ, ਬੰਦੇ ਹੋ ਜੀ, ਬੰਦੇ ਹੋ ਇਹਨਾਂ। ਆ ਦੇਖ ਸਾਰੇ ਦੋਸਤੋ, ਕੋਈ ਸਾਂਭ ਵਾਲਾ ਜੀ ਵੀ 60 70000 ਦੀ ਹੈ ਜੇ ਕੋਈ ਚੰਗੀ ਸਾਂਭ ਕਰਦੇ ਜੀ। ਸਾਂਭ ਵਾਲਾ ਵੀਰ ਕੋਈ ਖੜਦਾ ਹੈ? ਇਹਦੀ ਡਿਟੇਲ ਜਿਹੜੀ ਵੀਰ ਕੋ ਪੁੱਛਦੇ। ਬਾਕੀ ਹਵਾਨਾ ਜਿਹੜਾ ਇਹਦੇ ਥੱਲੇ ਚੰਗਾ, ਬਾਕੀ ਸੀਲ ਬਹੁਤ ਹੀ ਜ਼ਿਆਦੀ ਹੈ ਤੇ ਦੁੱਧ ਪੂਰਾ 8 ਲੀਟਰ ਦੁੱਧ ਪੂਰਾ ਤਿਆਰ ਹੈ। ਪੂਰਾ ਵਿਜੀ ਕੋ ਲੀਟਰ ਮਾਰ ਕੇ ਖੜੇ ਆਪਣੇ ਘਰੋਂ। ਅੱਛਾ ਜੀ, ਭਾਵੇਂ ਇੱਕ ਟਾਈਮ ਤੇ ਵੀ ਕੋ ਦੋ ਟਾਈਮ ਤੇ ਹੋਵੇ। ਠੀਕ ਆ। ਤੇ ਕਿ ਫੇਰੇ ਆਈਆਂ ਨਵਾਈਆਂ ਤਾਂ ਭਾਈ ਇਹ ਨਹੀਂ ਗਈਆਂ? ਅੱਛਾ, ਅੱਜ ਹੀ ਆਈਆਂ। ਉਹ ਰੋਬ ਹੋਰ ਹੁੰਦਾ ਡੰਗਰ ਦਾ। ਹਾਂਜੀ ਹਾਂਜੀ, ਨਵਾਏ ਦਾ ਉਹਨਾਂ ਕਦੀ ਬੰਨੀਆਂ ਨਹੀਂ ਫਾਰਮ ਜੇ ਖੁੱਲੀਆਂ ਰਹੀਆਂ ਇਹਦੇ ਕਰਕੇ ਥੋੜਾ ਰੱਸੇ ਦਾ ਵੀ ਔਲ ਕਰਦੀ ਆ। ਅੱਛਾ ਜੀ, ਹਾਂ ਠੀਕ ਆ। ਤੇ ਕਿੰਨਾ ਕੁ ਦੁੱਧ ਕੋਈ ਹਲਕੇ ਫਾਰਮ ਚ ਵਾਈ ਹੈ ਜਾਂ ਦਾ? ਉਹਨਾਂ ਨੇ ਚਲੋ ਥੋੜਾ ਬੇਕਾਂ ਤੇ ਹੀ ਉਹਨਾਂ ਦਾ ਥੋੜਾ ਕੰਮ ਕੁੰਮ ਚਲੋ ਆਫਸਾਈਡ ਜਿਹਾ ਹੋ ਗਿਆ, ਥੋੜਾ ਜਿਹਾ ਮੈਂ ਕਰਕੇ ਕੰਮ ਡਾਊਨ ਹੋ ਗਿਆ ਤਾਂ ਕਰਕੇ ਮੈਂ ਬਹੁਤ ਸੇਲ ਕਰਦੇ ਆ। ਠੀਕ ਆ, ਹਾਂਜੀ। ਤੇ ਦੋਨੋਂ ਕੰਮ ਫਾਰਮ ਚ ਆਈਆਂ ਇੱਕੋ ਕਰਾਂ। ਅੱਛਾ, ਦੋ ਆ ਵੀ ਜਿਹੜੀ ਉਧਰੋਂ ਹੀ ਆਈ ਹੈ ਤੇ ਇਹਦੇ ਮਗਰ ਕਿੰਨਾ ਕੁ ਚਿਰ ਹੋ ਗਿਆ ਇਹਨਾਂ ਸੂਈ ਨੂੰ? ਇਹਨੂੰ ਵੀ ਜੀ ਮਹੀਨੇ ਤੋਂ ਉੱਤੇ ਹੋ ਗਿਆ, ਕੋਈ ਇੱਕ 1.5 ਮਹੀਨੇ ਲਗਭਗ ਹੋ ਗਿਆ ਹੋਊਗਾ। ਬਾਕੀ ਅੱਜ ਹੀਟ ਚ ਵੀ ਫੇਰ ਆ ਗਈ ਜੇ। ਅੱਛਾ, ਹੀਟ ਚ ਆਈ ਅੱਜ? ਅੱਛਾ ਜੀ, ਉਹਨਾਂ ਨੇ ਦੱਸਿਆ ਵੀ ਹੀਟ ਚ ਆਈ ਆ। ਬਾਕੀ ਕੋਈ ਆਪਣਾ ਜੇ ਕੋਈ ਵੀਰ ਖੜਦਾ ਕੋਈ ਵਧੀਆ ਇੰਜੈਕਸ਼ਨ ਲਾਵੇ। ਹਾਂਜੀ, ਇਸ ਸਾਲ ਵੀ ਜੀ ਨੂੰ ਚੰਗਾ ਕੋਈ ਇੰਜੈਕਸ਼ਨ ਲਾ, ਬਹੁਤ ਚੰਗਾ ਤੇ ਮਗਰ ਵਛਾ ਦਿੱਤਾ। ਚਲੋ ਜੇ ਵਛੀ ਹੁੰਦੀ ਤਾਂ ਅੱਜ ਕੁੜੇ 20000 ਦੀ। ਠੀਕ ਹੈ, ਹਾਂਜੀ। ਆ ਦੋਸਤੋ, ਜਿਹੜਾ ਇਹਦੇ ਮਗਰ ਵਛਾ, ਬੱਚੇ ਤੋਂ ਜਿਹੜਾ ਪਤਾ ਲੱਗਦਾ ਕਿ ਵਧੀਆ ਜਿਹੜੇ ਘਰੋਂ ਆਈ ਆ। ਬਾਕੀ ਹੁਣ ਸਾਹਮਣੇ ਜਿਹੜੀ ਵੀਰ ਜੀ ਉਹਨਾਂ ਨੇ ਕੀਤੀ, ਠੀਕ ਹੈ, ਚੰਗੇ ਵਧੀਆ ਟੀਕੇ ਦਾ ਜਿਹੜਾ ਬੱਚਾ, ਤਗੜਾ ਬੱਚਾ। ਅਤੇ ਦੁੱਧ ਇਸ ਟਾਈਮ ਮੇਰੇ ਥੱਲੇ 8 ਲੀਟਰ ਤਿਆਰ ਹੈ ਅਤੇ ਗਾਂ ਅੱਜ ਹੀਟ 'ਚ ਵੀ ਆਈ ਆ। ਹੀਟ 'ਚ ਵੀ ਆਈ ਆ ਅਤੇ ਕੋਈ ਸਾਹਮਣ ਵਾਲਾ ਵੀਰ ਖੜਦਾ ਦੁੱਧ ਵੱਧ ਸਕਦੀ ਹੋਰ? ਦੁੱਧ ਵੀ ਜੀ ਵਧੂਗੀ, ਬਾਕੀ ਖਾਣ ਵਾਲਾ ਵੀਰ ਖੜੇ ਆਪਾਂ ਨੂੰ ਜਾ ਕੇ ਟੀਕਾ ਲਵਾਵੇ। ਹਾਂਜੀ ਵੀ ਜੀ, ਜਦੋਂ ਗਾਂ ਸੁਣੀ 60-70000 ਦੀ, ਹੱਸ ਕੇ ਮੈਂ ਵਾਪਸ ਫੇਰ ਲਊਂਗਾ ਉਹਨਾਂ ਕੋਲ। ਅੱਛਾ ਜੀ, ਕੋਈ ਮੈਂ ਤਾਂ ਅੱਜ ਹੀ ਲਿਖਾ ਕੇ ਲੈ ਲਏ ਵੀ ਜਦੋਂ ਗਾਂ ਨੂੰ ਫੇਰ ਸੁਣਦੀ ਮੈਂ ਹੀ ਲਊਂ ਉਹਦੇ ਕੋਲ 60000 ਦੀ। ਅੱਛਾ ਜੀ, ਤੇ ਕਿੰਨਵਾਂ ਸੂਆ ਇਹ ਹੁਣ ਚੱਲਣ ਦੀ? ਇਸ ਟਾਈਮ ਤੇ ਦੂਜਾ ਸੂਆ ਸੁਣੀ ਸੂਈ ਆ, ਦੂਸਰਾ ਸੂਆ ਸੂਈ ਆ। ਹਾਂਜੀ, ਤੇ ਕੀ ਮੁੱਲ ਕਰਦੇ ਵੀਰ ਜੀ ਇਹਦਾ? ਮੁੱਲ ਤੇ ਵੀ ਜੀ ਜਨੂਅਲ ਦੀ ਜਿਹੜਾ 20000 ਰੁਪਇਆ 20000 ਤੇ ਜਿਹੜਾ ਥੋੜਾ ਬੋਦਾ ਹੀ ਹੋਊਗਾ, ਮਾਨਤਾ ਜ਼ਿਆਦਾ ਨਹੀਂ ਜੀ। ਅੱਛਾ ਜੀ, ਹਾਂ, ਕਿਉਂਕਿ ਵਧੀਆ ਗਾਂ ਫਾਰਮ ਵਾਲੀ ਆ, ਦੁੱਧ ਹੀ ਆਟਾਂ ਦੇ 8-9 ਕਿਲੋ ਆ। ਬਾਕੀ ਜੇ ਕੋਈ ਸਾਂਭ ਕਰੂਗਾ ਤਾਂ 13-14 ਕਿਲੋ ਹੁਣ ਵੀ ਦੇ ਸਕਦੇ। ਹਾਂਜੀ, ਉਹੀ ਨਾਮ ਹੀ ਫਾਰਮ ਵਾਲਾ, ਬਾਕੀ ਹੈ ਤੇ ਤਾਂ ਲੋਕਲ ਲਾਈ ਆ ਦੁੱਧ। ਆਪ ਵੀ ਜੀ ਤੁਸੀਂ ਸਿਆਣੇ ਜੇ ਫਾਰਮ ਵਾਲੀ ਵਛੀ, ਤੁਹਾਨੂੰ ਪਤਾ ਵੀ ਹੈ ਹੀ ਫਾਰਮ ਵਾਲੀ, ਉਹਦਾ ਰੰਗ ਰੂਪ ਵੇਖੋ ਤੇ ਬੰਤਰ ਵੇਖੋ ਉਹਦੀ। ਹਾਂਜੀ 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 ਹਾਂਜੀ, ਕੁਆਲਿਟੀ ਵੇਖੋ ਵਛੀ ਦੀ। 20000 ਵੀਰ ਜੀ ਉਹਨਾਂ ਨੇ ਜਿਹੜੇ ਦਾ ਮੁੱਲ ਕੀਤਾ, ਇਸ ਕੁਆਲਿਟੀ ਜਿਹੜੀ ਤੁਸੀਂ ਦੇਖ ਸਕਦੇ ਜੀ। ਆ ਹੁਣ ਤੀਸਰੇ ਨੰਬਰ ਵਾਲੀ ਜਿਹੜੀ ਇੱਕ ਹੋਰ ਵੈਡ ਤੁਹਾਨੂੰ ਦਿਖਾਉਣੀ ਆ, ਇਹ ਵੀ ਵੀਰ ਜੀ ਠੰਡੀ ਸੀਲ ਆ ਜੀ। ਇਹਦੇ ਵਿੱਚ ਬਹੁਤ ਜ਼ਿਆਦਾ ਠੰਡੀ ਸੀਲ ਆ। ਬਾਕੀ ਵਿੱਚ ਗਾਂ ਨਵਾਈਆਂ ਧਵਾਈਆਂ ਨਹੀਂ ਆ, ਸਵੇਰੇ ਆਈਆਂ ਜੇ ਨਵਾਈਆਂ ਧਵਾਈਆਂ ਹੁੰਦੀਆਂ ਥੋੜਾ ਰੋਬ ਹੋਰ ਹੋ ਜਾਂਦਾ ਡੰਗਰਾਂ ਦਾ। ਠੰਡੀ ਸੇਲ ਸਾਰੇ ਪਸ਼ੂ ਅੱਜ ਜਿਹੜੇ ਵੀਰ ਜੀ ਉਹਨਾਂ ਨੇ ਵਕਾਊ ਕੀਤੇ, ਇਹ ਵੀ ਅੱਜ ਹੀ ਆਈ ਆ? ਅੱਜ ਹੀ ਆਈ, ਸਦੀ ਵੀ ਇੱਕੋ ਘਰੋਂ ਆਈਆਂ ਵੀਰ ਜੀ। ਤੇ ਵੀ ਵੀਰ ਜੀ ਕਿੰਨਵਾਂ ਸੂਆ ਸੂਈ ਆ ਜੀ? ਇਹ ਵੀ ਜੀ ਤੀਜਾ ਸੂਆ ਸੂਈ ਜੀ। ਅੱਛਾ, ਇਹ ਤੀਸਰਾ ਸੂਈ ਆ? ਹਾਂਜੀ, 1 ਮਹੀਨੇ ਲਗਭਗ ਸੂਈ ਨੂੰ ਹੋਇਆ ਜੀ। ਅੱਛਾ ਜੀ, ਹਾਂਜੀ। ਤੇ ਇਹ ਤਾਂ ਨਹੀਂ ਹੇਠ ਚਾਈ? ਨਹੀਂ, ਇਹ ਨਹੀਂ ਮਿਲੀ ਆਈ, ਇਹ ਰਹਿਣਾ ਤੇ 1 ਮਹੀਨਾ ਇੱਕ ਲਗਭਗ ਹੋਇਆ ਸੂਈ ਨੂੰ। ਹਾਂਜੀ, ਕਮ ਸੇ ਕਮ 20-25 ਦਿਨ ਬਾਅਦ ਹੇਠ ਚਾਉਂਗੇ। ਠੀਕ ਹੈ, ਤੇ ਇਹਦੇ ਮਗਰ ਕੀ ਆ ਗਿਆ? ਇਹਦੇ ਮਗਰ ਹੀ ਬੱਚਾ ਜੀ। ਅੱਛਾ ਅੱਛਾ, ਇਹਦੇ ਮਗਰ ਹੀ ਬੱਚਾ ਹੀ ਆ। ਦੋਸਤੋ, ਆ ਜਿਹੜਾ ਇਹਦਾ ਬੱਚਾ ਜੀ। ਤੇ ਵੀਰ ਜੀ ਇਹਦੇ ਥੱਲੇ ਕਿੰਨਾ ਕੁ ਦੁੱਧ ਤਿਆਰ ਹੈ? ਇਹ ਥੱਲੇ ਵੀ ਜਿਹੜਾ ਪੱਕਾ ਨੈਟ ਹੈ, 10 ਲੀਟਰ ਦੁੱਧ ਤਿਆਰ। ਅੱਛਾ, 10 ਲੀਟਰ ਪੂਰਾ ਕੰਡੇ ਵਾਲਾ ਦੁੱਧ ਤਿਆਰ ਭਾਈ? ਉਹਨਾਂ ਦੇ ਸਾਹਮਣੇ ਆਪਣੇ ਕੋਲ ਅੱਜ ਹੀ ਆਈਆਂ, 2-4 ਦਿਨ ਸਾਹਮ ਕਰ ਲਈ, ਆਪਣੀ ਦੁੱਧ 12-13 ਕਿਲੋ ਆਪਣੇ ਘਰੋਂ ਚਵਾ ਕੇ ਦਾਂਗੇ। ਅੱਛਾ ਜੀ, ਹਾਂਜੀ। ਉਹਨਾਂ ਨੇ ਥੋੜੀ ਜਿਹੀ ਉਤਰਾ ਤੂੜੀ ਤੜੀ ਤੇ ਬੰਨ ਛੱਡੀਆਂ, ਸਾਹਮ ਵੇਖਿਆ ਨਹੀਂ ਨਾਲ। ਠੀਕ ਹੈ ਜੀ, ਹਾਂਜੀ। ਤੇ ਤੋੜ ਕੇ ਵਿਖਾਈਏ ਫਿਰ ਇਹਨਾਂ ਨੂੰ? ਹਾਂ ਦੋਸਤੋ, ਤੀਸਰੇ ਨੰਬਰ ਵਾਲੀ ਜਿਹੜੀ ਤੁਹਾਨੂੰ ਤੋੜ ਕੇ ਦਿਖਾਉਣੀ ਹੈ, ਕੱਦ ਕਾਠ ਦੋਸਤੋ ਇਹਨਾਂ ਦੇ ਉੱਚੇ ਆ। ਹਾਂ ਦੋਸਤੋ, ਇੱਕ ਵਾਰੀ ਦਿਖਾ ਦਈਏ ਤੁਹਾਨੂੰ ਇਹਦਾ। ਕੋਈ ਸਾਂਭ ਵਾਲਾ ਵੀਰ ਖੜਦਾ ਹੈ ਅਤੇ ਦੁੱਧ ਜਿਹੜਾ ਵੱਧ ਵੀ ਚੋ ਸਕਦਾ ਇਹਨਾਂ ਥੱਲਿਓਂ। ਬਾਕੀ ਰੰਗ ਰੂਪ ਦੀਆਂ ਅਤੇ ਕੱਦ ਕਾਠ ਦੀਆਂ ਜਿਹੜੀਆਂ ਦੋਵੇਂ ਗਾਵਾਂ ਚੰਗੀਆਂ। ਆ ਵੀਰ ਤੋਂ ਜਿਹੜਾ ਇਹਦਾ ਮੁੱਲ ਆਪਾਂ ਪੁੱਛਦੇ। ਬਾਕੀ ਇਹ ਵੀ ਜਿਹੜੀ ਠੰਡੀ ਸੀਲ ਵੀਰ ਨੇ ਤੁਹਾਨੂੰ ਥੱਲੇ ਬਹਿ ਕੇ ਦਿਖਾਇਆ, ਦੁਪਹਿਰ ਦੇ ਟਾਈਮ ਜਿਹੜੀ ਆਪਾਂ ਹਲੇ ਵੀਡੀਓ ਬਣਾ ਰਹੇ ਹਾਂ, ਸ਼ਾਮ ਤੱਕ ਹਵਾਨੇ ਜਿਹੜੇ ਸੋਹਣੇ ਤਿਆਰ ਕਰਨਗੀਆਂ ਤੁਹਾਨੂੰ। ਬਹੁਤ ਸੋਹਣੇ ਤਿਆਰ ਕਰਨੇ ਸ਼ਾਮ ਤੱਕ। ਅਤੇ ਹਾਂਜੀ ਵੀਰ ਜੀ, ਇਹਦਾ ਮੁੱਲ ਦੱਸ ਦਈਏ ਜੀ ਫਿਰ? ਇਹਦਾ ਵੀ ਜੀ 22000 ਚੋਂ ਮਾਤਰਾ ਕਰਾਂਗੇ। 22000 ਚੋਂ? ਹਾਂਜੀ, ਠੀਕ ਆ। ਅਤੇ ਜੇ ਮੰਨ ਲਓ ਕੋਈ ਤਿੰਨੇ ਖੜਦਾ ਤਾਂ ਕਿੰਨੇ ਦੀਆਂ ਦਿਓਗੇ?
अच्छा 60,000 दियां उतने तीन बंदे 55,000 ते तुसीं 30 किलो हस गई आइटम तिना किलो अच्छा 30 किलो दुध मतलब 55 लीटर दुध तुसीं ओ 55,000 च 30 लीटर दुध जिहड़ा चवा देना ओ वी गावां तीन गावां तीन हां जी ठीक है दोनों भाण वालियां भाण देनियां गा तो वीर जी उतरा बाद बाद भी वेच सकदी जेड़ा डंगर भाण वाले ओ भाण दे दो ठीक है हां जी ठीक है वीर जी बहुत बहुत धन्यवाद जी बहुत बहुत मेहरबानी हां देख सकदे 55,000 ਦੀਆਂ ਤਿੰਨ ਗਾਵਾਂ ਜਿਹੜੀਆਂ ਵੀਰ ਜੀ ਉਹਨਾਂ ਨੇ ਵਿਕਾਊ ਕੀਤੀਆਂ ਜੇ ਕੋਈ ਵੀਰ ਇਕੱਠੀਆਂ ਖੜਦਾ ਤੇ ਬਾਕੀ ਜੇ ਕੋਈ ਇਕੱਲੀ ਇਕੱਲੀ ਲੈਂਦਾ ਉਹਦਾ ਰੇਟ ਜਿਹੜਾ ਵੀਰ ਨੇ ਤੁਹਾਨੂੰ ਦੱਸਿਆ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਆਪਣਾ ਆਵੇ ਤਸੱਲੀ ਕਰਕੇ ਲਿਜਾਵੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ